ਔਰ ਜਦੋਂ ਇਲੈਕਸ਼ਨ ਹਰੇ ਸੀ ਅਸੀਂ ਅਸੈਂਬਲੀ ਦੀ, ਉਦੋਂ ਮੈਂ ਕਿਹਾ ਸੀ ਕੋਰ ਕਮੇਟੀ 'ਚ ਕਿ ਸੁਖਬੀਰ ਸਿੰਘ ਬਾਦਲ ਨੂੰ ਰਿਜ਼ਾਈਨ ਕਰਨਾ ਚਾਹੀਦਾ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣ ਜਾਣ। ਤੁਸੀਂ ਅੱਜ ਵੀ ਚਾਹੁੰਦੇ ਕਿ ਜੇ ਪ੍ਰਕਾਸ਼ ਸਿੰਘ ਬਾਦਲ ਦੁਆਰੇ ਪ੍ਰਧਾਨ ਬਣਦੇ ਨੇ ਤਾਂ ਆਹ ਜਿਹੜਾ ਰੇੜਕਾ ਚੱਲਿਆ ਰਿਹਾ ਖਤਮ ਹੋ ਸਕਦਾ? ਨਹੀਂ, ਹੁਣ ਉਹ ਹਾਲਾਤ ਨਹੀਂ ਰਹੇ। ਇੱਕ ਪਰਮਿੰਦਰ ਜੀ ਦੀ ਗੈਰ ਹਾਜ਼ਰੀ ਬੜੀ ਰੜਕ ਰਹੀ ਹੈਗੀ ਹੈ ਜੀ, ਵਰਕਰਾਂ ਨੂੰ ਵੀ ਅੱਜ ਇੱਥੇ ਰੜਕਿਆ। ਪਰਮਿੰਦਰ ਜੀ ਕਿੱਥੇ ਨੇ? ਪਰਮਿੰਦਰ ਬਾਹਰ ਗਿਆ ਹੋਇਆ। ਅੱਜ ਅਕਾਲੀ ਦਲ ਦਾ ਇੱਕ ਬਿਆਨ ਵੀ ਆਇਆ ਸੀਗਾ ਕਿ ਉਹ ਉਹਨੂੰ ਪਟਿਆਲੇ ਦੀ ਰੈਲੀ ਦੇ ਵਿੱਚ ਸ਼ਾਮਲ ਹੋਣਗੇ। ਨਹੀਂ ਹੋਣਗੇ, ਆਪਣੇ ਨਾਲ ਆਣਗੇ ਜੀ ਪਰਮਿੰਦਰ ਜੀ? ਬਿਲਕੁਲ, ਹੁਣ ਪਰਿਵਾਰ ਨੂੰ ਛੱਡ ਦੇਣਗੇ। ਅਕਾਲੀ ਦਲ ਤੋਂ ਨਾਰਾਜ਼ ਚੱਲੇ ਆ ਰਹੇ ਸੁਖਦੇਵ ਸਿੰਘ ਢੀਂਡਸਾ ਜੀ ਅੱਜ ਸਾਡੇ ਨਾਲ ਨੇ, ਉਹਨਾਂ ਤੋਂ ਪੁੱਛਦੇ ਨਾਰਾਜ਼ਗੀ ਦਾ ਵੱਡਾ ਕਾਰਨ ਕੀ ਹੈ? ਢੀਂਡਸਾ ਸਾਹਿਬ, ਨਾਰਾਜ਼ਗੀ ਦਾ ਵੱਡਾ ਕਾਰਨ ਕੀ ਹੈ ਜੀ? ਦੇਖੋ, ਨਾਰਾਜ਼ਗੀ ਤਾਂ ਨਹੀਂ ਕਹਿ ਸਕਦੇ, ਇਹਨੂੰ ਇਹ ਹੈ ਵੀ ਅਸੀਂ ਅੰਦਰ ਬੈਠ ਕੇ ਬਹੁਤ ਦੇਰ ਕੀਤੀ ਕਿ ਇਹਨੂੰ ਡੈਮੋਕ੍ਰੇਟਿਕ ਢੰਗ ਨਾਲ ਚਲਾਓ ਪਾਰਟੀ ਨੂੰ, ਇਹਨੂੰ ਡਿਕਟੇਟਰਸ਼ਿਪ ਦੇ ਤੌਰ 'ਤੇ ਨਾ ਚਲਾਓ। ਔਰ ਜਦੋਂ ਇਲੈਕਸ਼ਨ ਹਰੇ ਸੀ ਅਸੀਂ ਅਸੈਂਬਲੀ ਦੀ, ਉਦੋਂ ਮੈਂ ਕਿਹਾ ਸੀ ਕੋਰ ਕਮੇਟੀ 'ਚ ਕਿ ਸੁਖਬੀਰ ਸਿੰਘ ਬਾਦਲ ਨੂੰ ਰਿਜ਼ਾਈਨ ਕਰਨਾ ਚਾਹੀਦਾ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣ ਜਾਣ। ਲੇਕਿਨ ਉਹ ਮੇਰੀ ਬਰਮਪੁਰਾ ਨੇ ਵੀ ਸਪੋਰਟ ਕੀਤੀ ਪਰ ਉਹਨਾਂ ਨੇ ਨਹੀਂ ਮੰਨੀ ਗੱਲ। ਤੁਸੀਂ ਅੱਜ ਵੀ ਚਾਹੁੰਦੇ ਹੋ ਕਿ ਜੇ ਪ੍ਰਕਾਸ਼ ਸਿੰਘ ਬਾਦਲ ਦੁਆਰੇ ਪ੍ਰਧਾਨ ਬਣਦੇ ਨੇ ਤਾਂ ਆਹ ਜਿਹੜਾ ਰੇੜਕਾ ਚੱਲਿਆ ਰਿਹਾ ਖਤਮ ਹੋ ਸਕਦਾ? ਨਹੀਂ, ਹੁਣ ਉਹ ਹਾਲਾਤ ਨਹੀਂ ਰਹੇ ਅਤੇ ਉਰੇ ਲਿਆ ਦੇ, ਹੁਣ ਉਹ ਗੱਲ ਹਾਲਾਤ ਨਹੀਂ ਰਹੇ ਅਤੇ ਹੁਣ ਤਾਂ ਜੇ ਸਾਰੇ ਫੈਸਲਾ ਕਰਨਗੇ ਉਹ ਹੋਊਗਾ। ਇੱਕ ਪਰਮਿੰਦਰ ਜੀ ਦੀ ਗੈਰ ਹਾਜ਼ਰੀ ਬੜੀ ਰੜਕ ਰਹੀ ਹੈਗੀ ਹੈ ਜੀ, ਵਰਕਰਾਂ ਨੂੰ ਵੀ ਅੱਜ ਇੱਥੇ ਰੜਕਿਆ। ਪਰਮਿੰਦਰ ਜੀ ਕਿੱਥੇ ਨੇ? ਪਰਮਿੰਦਰ ਬਾਹਰ ਗਿਆ ਹੋਇਆ। ਅਤੇ ਉਹ ਅੱਜ ਅਕਾਲੀ ਦਲ ਦਾ ਇੱਕ ਬਿਆਨ ਵੀ ਆਇਆ ਸੀਗਾ ਕਿ ਉਹ ਉਹਨੂੰ ਪਟਿਆਲੇ ਦੀ ਰੈਲੀ ਦੇ ਵਿੱਚ ਸ਼ਾਮਲ ਹੋਣਗੇ। ਉਹ ਨਹੀਂ ਹੋਣਗੇ, ਉਹ ਤਾਂ ਇੱਥੇ ਹੀ ਨਹੀਂ ਹੈ, ਉਹ ਤਾਂ ਉਰੇ ਹੀ ਨਹੀਂ ਹੋਣਾ, ਮੇਰਾ ਖਿਆਲ ਨਹੀਂ। ਉਹ ਤਾਂ ਸਵਾਲ ਹੀ ਨਹੀਂ, ਉਹ ਤਾਂ ਚਲੋ ਭੰਬੜ ਭੂਸਾ ਪਾਉਣਾ ਚਾਹੁੰਦੇ ਨੇ। ਆਪਣੇ ਨਾਲ ਆਉਣਗੇ ਜੀ ਪਰਮਿੰਦਰ ਜੀ? ਬਿਲਕੁਲ, ਹੁਣ ਪਰਿਵਾਰ ਨੂੰ ਛੱਡ ਦੇਣਗੇ। ਅਤੇ ਟਿੰਡਾ ਸਾਹਿਬ, ਜਿਹੜਾ ਆਪਣੀ ਅੱਗੇ ਦੀ ਰਣਨੀਤੀ ਕੀ ਰਹੂਗੀ? ਅੱਗੇ ਦੀ ਰਣਨੀਤੀ ਤਾਂ ਹੁਣ ਸਾਰੇ ਇਕੱਠੇ ਮਿਲ ਕੇ ਕਰਾਂਗੇ, ਜਿਹੜੇ ਇਕੱਠੇ ਹੋ ਰਹੇ ਹਾਂ ਅਤੇ ਪਹਿਲਾਂ ਇਕੱਠੇ ਹੋਏ ਹਾਂ ਤਿੰਨ ਗਰੁੱਪ, ਅਤੇ ਹੋਰ ਇਕੱਠੇ ਹੋਣਾਂਗੇ ਜਿਹੜੇ, ਉਹ ਰਣਨੀਤੀ ਬਣਾਵਾਂਗੇ। ਤੁਸੀਂ ਕਿਹਾ ਸੀ 3 ਮੈਂਬਰੀ ਕਮੇਟੀ ਬਣੀ, ਉਹ 3 ਮੈਂਬਰੀ ਕਮੇਟੀ ਦਾ ਕੀ ਕੰਮ ਹੋਏਗਾ ਜੀ ਹੁਣ? ਉਹ ਸਾਰੇ ਜਿਹੜੇ ਬਾਹਰ ਬੈਠੇ ਨੇ ਘਰਾਂ 'ਚ ਬੈਠੇ ਨੇ ਜਾਂ ਕੋਈ ਦੂਜੀਆਂ ਪਾਰਟੀਆਂ 'ਚ, ਉਹਨਾਂ ਨੂੰ ਕੰਟੈਕਟ ਕਰਨਗੇ ਸਾਰੇ ਰੁੱਸੇ ਹੋਏ ਵਰਕਰਾਂ ਨੂੰ, ਮਤਲਬ ਇੱਕ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਹੋਈ? ਥੈਂਕ ਯੂ ਢੀਂਡਸਾ ਸਾਹਿਬ। ਇਹ ਸੀਗੇ ਢੀਂਡਸਾ ਸਾਹਿਬ, ਜਿਨ੍ਹਾਂ ਦਾ ਮੰਨਣਾ ਹੈ ਕਿ ਹੁਣ ਅਕਾਲੀ ਦਲ ਦੇ ਨਾਲ ਜਿਹੜਾ ਉਹਨਾਂ ਦਾ ਰੇੜਕਾ ਹੈਗਾ ਉਹ ਨਹੀਂ ਖਤਮ ਹੋ ਸਕਦਾ, ਮਗਰ ਰੁੱਸੇ ਹੋਏ ਅਕਾਲੀ ਵਰਕਰਾਂ ਨੂੰ ਉਹ ਇੱਕ ਮੰਚ 'ਤੇ ਲਿਆ ਕੇ ਅਕਾਲੀ ਦਲ ਨੂੰ ਦੁਬਾਰਾ ਤੋਂ ਸੁਰਜੀਤ ਕਰਨਗੇ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।